ਪ੍ਰੋਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਦੀਪਕ ਮੁੰਡੀ ਦਾ ਰਿਮਾਂਡ ਹਾਸਲ ਹੋਇਆ 5 ਦਿਨ ਦਾ ਰਿਮਾਂਡ ਦੀਪਕ ਮੁੰਡੀ ਤੇ ਨਾਲ ਕਾਪਲ ਪੰਡਤ ਤੇ ਨਾਲ ਰਜਿੰਦਰ ਜੋਕਰ ਤਿੰਨਾਂ ਦਾ ਰਿਮਾਂਡ ਹਾਸਲ ਹੋਇਆ ਅਮਰਸਾਹ ਪੁਲਿਸ ਨੂੰ ਦੱਸ ਦਈਏ ਕਿ ਅਮਰਸਾਹ ਕੋਰਟ ਨੇ ਅੱਜ ਪੇਸ਼ੀ ਦੇ ਦੌਰਾਨ ਜਿਹੜਾ ਰਿਮਾਂਡ ਸੁਣਾਇਆ ਦੱਸ ਦਈਏ ਕਿ 5 ਦਿਨਾਂ ਦਾ ਰਿਮਾਂਡ ਅਮਰਸਾਹ ਪੁਲਿਸ ਨੂੰ ਮਿਲਿਆ ਦੀਪਕ ਮੁੰਡੀ ਤੇ ਨਾਲ ਕਾਪਲ ਪੰਡਤ ਤੇ ਨਾਲ ਹੀ ਰਜਿੰਦਰ ਜੋਕਰ ਇਹ ਤਿੰਨੇ ਜਿਹੜੇ ਨੇਪਾਲ ਬਾਰਡਰ ਦੇ ਕੋਲੋਂ ਜਿਹੜਾ ਫੜੇ ਜਾਂਦੇ ਨੇ ਉਸ ਤੋਂ ਬਾਅਦ ਪੰਜਾਬ ਲਿਆਂਦੇ ਨੇ ਤੇ ਪੰਜਾਬ ਪਹਿਲਾਂ ਮਾਨਸਾ ਪੁਲਿਸ ਪੁੱਛਗਿੱਛ ਕਰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੁਣ ਅਮਰਸਾਹ ਪੁਲਿਸ ਹੁ ਕੰਦੋਵਾਲੀਆ ਦਾ ਕਤਲ ਜੋਕੇ 3 ਅਗਸਤ 2021 ਨੂੰ ਹੋਇਆ ਸੀ ਰਾਣਾ ਕੰਦੋਵਾਲੀਆ ਜਦੋਂ ਆਪਣੇ ਦੋਸਤ ਦਾ ਪਤਾ ਲੈਣ ਜਾਂਦੇ ਹਸਪਤਾਲ ਦੇ ਵਿੱਚ ਤਾਂ ਹਸਪਤਾਲ ਤੋਂ ਜਦੋਂ ਬਾਹਰ ਨਿਕਲ ਰਿਹਾ ਸੀ ਤਾਂ ਉਸ ਸਮੇਂ ਗੋਲੀਆਂ ਚਲਾਈਆਂ ਜਾਂਦੀਆਂ ਤੇ ਉਦੋਂ ਜਿਹੜਾ ਜੱਗੂ ਪੁਹਾਣਪੁਰੀਆ ਜੋਕੇ ਜੇਲ੍ਹ ਦੇ ਵਿੱਚ ਵਸੇ ਉਸ ਦੇ ਵੱਲੋਂ ਜ਼ਿੰਮੇਵਾਰੀ ਲਈ ਜਾਂਦੀ ਹੈ ਇਸ ਕਤਲ ਕੇਸ ਦੀ ਤਾਂ ਦੱਸਦੀ ਹੈ ਕਿ ਪੂਰਾ ਮਾਮਲਾ ਹੁਣ ਜਿਹੜਾ ਰਾਣਾ ਕੰਦੋਵਾਲੀਆ ਦੇ ਮਾਮਲੇ ਦੇ ਵਿੱਚ ਵੀ ਪੂਰੀ ਜਿਹੜੀ ਹੈ ਪੁੱਛਗਿੱਛ ਹੁਣ ਦੀਪਕ ਮੁੰਡੀ ਦੇ ਕੋਲੋਂ ਕੀਤੀ ਜਾਵੇਗੀ ਤੇ ਨਾਲ ਹੀ ਦੀਪਕ ਮੁੰਡੀ ਕੋਲੋਂ ਰਾਣਾ ਕੰਦੋਵਾਲੀਆ ਕਤਲ ਕੇਸ ਦੇ ਆ ਖਰੀ ਰਾਜ ਜਿਹੜੇ ਆ ਖੁਲਵਾਏਗੀ ਪੰਜਾਬ ਪੁਲਿਸ ਦਾ ਦੱਸ ਦੇ ਕਿ ਅੰਮ੍ਰਿਤਸਰ ਪੁਲਿਸ ਹੁਣ ਰਮਾਨ ਤੇ ਲਿਆ ਕੇ ਦੀਪਕ ਮੁੰਡੀ ਤੇ ਨਾਲ ਕਪਿਲ ਪੰਡਤ ਤੇ ਨਾਲ ਹੀ ਰਜਿੰਦਰ ਜੋਕਰ ਨੂੰ ਜਿਹੜਾ ਰਮਾਨ ਤੇ ਲਿਆ ਕੇ ਪੁੱਛ ਕੇ ਚ ਕਰੋਗੀ ਕਰੇਗੀ ਇੰਟੈਰੋਗੇਟ ਕਰੇਗੀ ਤਿੰਨਾਂ ਨੂੰ ਤੇ ਉਸ ਤੋਂ ਬਾਅਦ ਦੇਖਣਾ ਹੋਏਗਾ ਕਿ ਕਿਹੜੇ ਵੱਡੇ ਜਿਹੜੇ ਆ ਖੁਲਾਸੇ ਇਹਨਾਂ ਤਿੰਨਾਂ ਵੱਲੋਂ ਕੀਤੇ ਆਂ ਦਾ ਦੱਸਦੀ ਹੈ ਕਿ ਦੀਪਕ ਮੁੰਡੀ ਛੇਮਾ ਸ਼ੂਟਰ ਸਿੱਧੂ ਮੂਸੇਵਾਲਾ ਹਤਿਆ ਕਾਂਡ ਦਾ ਜੋਕਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਲਿਆ ਸੀ ਪਰ ਉਸ ਤੋਂ ਬਾਅਦ ਆਪਰੇਸ਼ਨ ਚ ਚੱਲਦਾ ਤੇ ਲਗਾਤਾਰ ਪੰਜਾਬ ਪੁਲਿਸ ਤੇ ਨਾਲ ਦਿੱਲੀ ਦਾ ਸਪੈਸ਼ਲ ਸੈੱਲ ਮਿਲ ਕੇ ਜ ਇਸ ਕਾਰਵਾਈ ਨੂੰ ਅੰਜਾਮ ਦਿੰਦਿਆਂ ਕਿ ਤੇ ਨੇਪਾਲ ਬਾਰਡਰ ਤੋਂ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਇਹਦਾ ਦੀਪਕ ਮੁੰਡੀ ਨੂੰ ਤਾਂ ਦੱਸ ਦਈਏ ਕਿ ਹੁਣ ਇਸ ਵਿਚਾਲੇ ਵੱਡੀ ਖਬਰ ਆ ਰਹੀ ਹੈ ਕਿ ਅੰਮ੍ਰਿਤਸਰ ਪੁਲਿਸ ਨੂੰ ਜਿਹੜਾ ਰਿਮਾਂਡ ਮਿਲਿਆ ਦੀਪਕ ਮੁੰਡੀ ਦਾ ਪੰਜ ਦਿਨਾਂ ਦਾ ਰਿਮਾਂਡ ਹਾਸਲ ਹੋਇਆ ਤੇ ਰਾਣਾ ਕੰਦੋਵਾਲੀਆ ਕੇਸ ਰਾਣਾ ਕੰਦੋਵਾਲੀਆ ਨੂੰ ਜਦੋਂ ਗੋਲੀਆਂ ਮਾਰੀਆਂ ਜਾਂਦੀਆਂ ਦਿਨ ਦਿਹਾੜੇ ਹਸਪਤਾਲ ਦੇ ਵਿੱਚ ਜਿਹੜਾ ਗੋਲੀਆਂ ਚਲਾਈਆਂ ਜਾਂਦੀਆਂ ਸ਼ੂਟਰਾਂ ਦੇ ਵੱਲੋਂ ਰਾਣਾ ਕੰਦੋਵਾਲੀਆ ਦੀ ਮੌਕੇ ਤੇ ਹੀ ਕਿਹਾ ਜਾਂਦਾ ਕਿ ਉਸ ਸਮੇਂ ਮੌਤ ਹੋ ਗਈ ਸੀ 3 ਅਗਸਤ 2021 ਦੀ ਇਹ ਘਟਨਾ ਸੀ ਤੇ ਉਸ ਤੋਂ ਬਾਅਦ ਜੇਲ੍ਹ ਚ ਬੈਠੇ ਜਗੂ ਭਵਾਨਪੁਰੀਆ ਨੇ ਜ਼ਿੰਮੇਵਾਰੀ ਲਈ ਸੀ ਇਸ ਕਤਲ ਦੀ ਤਾਂ ਦੱਸ ਦੇ ਕਿ ਹੁਣ ਕਿਉਂਕਿ ਲਾਰਜ ਬਿਸ਼ਨੋਈ ਗਰੁੱਪ ਦੇ ਜਿਹੜੇ ਗੁਰਗੇ ਨੇ ਦੀਪਕ ਮੁੰਡੀ ਕਪਿਲ ਪੰਡਿਤ ਕਪਿਲ ਪੰਡਿਤ ਉਹ ਹੈ ਜਿਸ ਨੇ ਮੁੰਬਈ ਰਹਿ ਕਿ ਸਲਮਾਨ ਖਾਨ ਦੀ ਰਹਿਕੀ ਕੀਤੀ ਸੀ 4 ਦਿਨ ਕਿਹਾ ਜਾਂਦਾ ਹੈ ਕਿ ਇਸਨ ਮਾਨ ਗਾਂਧੀ ਰੈਕੀ ਕਰਨ ਦੇ ਲਈ ਮੁੰਬਈ ਰਿਹਾ ਸੀ ਕਪਿਲ ਪੰਡਿਤ ਤੇ ਉਸ ਤੋਂ ਬਾਅਦ ਰਜਿੰਦਰ ਜੋਕਰ ਦਾ ਨਾਮ ਆਉਂਦਾ ਜਦੋਂ ਸਿੱਧੂ ਮੂਸੇਵਾਲਾ ਹਤਿਆਕਾਂਡ ਹੁੰਦਾ ਤੇ ਸਿੱਧੂ ਮੂਸੇਵਾਲਾ ਹਤਿਆਕਾਂਡ ਦੇ ਸ਼ੂਟਰਾਂ ਨੂੰ ਜਦੋਂ ਰਿਹਾ ਇਸ਼ਮੋਈਆ ਕਰਾਉਣੀ ਸੀ ਪਨਾਹ ਦੇਣੀ ਸੀ ਜਾਂ ਠਹਿਰ ਮੋਈਆ ਕਰਵਾਉਣੀ ਸੀ ਤਾਂ 사ਚਨ ਪਿਵਾਨੀ ਦੇ ਨਾਲ ਰਲ ਕੇ ਰਜਿੰਦਰ ਜੋਕਰ ਦੇ ਵੱਲੋਂ ਇਹ ਕੰਮ ਕੀਤਾ ਜਾਂਦਾ ਤੇ ਠਹਿਰ ਸਿੱਧੂ ਮੂਸੇਵਾਲਾ ਦੇ ਸ਼ੂਟਰਾਂ ਨੂੰ ਦਿੱਤੀ ਜਾਂਦੀ ਉਹ ਚਾਹੇ ਪ੍ਰਿਆ ਵਰਤ ਫੌਜੀ ਹੋਵੇ ਤੇ ਚਾਹੇ ਨਾਲ ਜਿਹੜਾ ਹੈ ਦੀਪਕ ਮੁੰਡੀ ਹੋਵੇ ਤੇ ਨਾਲ ਅੰਕਿਸ਼ ਸੇਰਸਾ ਤੇ ਕਸ਼ਿਸ਼ ਇੱਕ ਫੋਟੋ ਵੀ ਆਈ ਸੀ ਜਿਸ ਦੇ ਵਿੱਚ ਇਹ ਸਾਰੇ ਮੁਦਰਾਪੋੜ ਦੀਆਂ ਤਸਵੀਰਾਂ ਸੀ ਜਿੱਥੇ ਸਿੱਧੂ ਮੂਸੇਵਾਲਾ ਕਤਲ ਕਰਨ ਤੋਂ ਬਾਅਦ ਕਿਹਾ ਜਾਂਦਾ ਕਿ ਉੱਥੇ ਇਹਨਾਂ ਦੇ ਵੱਲੋਂ ਜਾ ਕੇ ਬੀਅਰ ਪਾਰਟੀ ਵੀ ਕੀਤੀ ਗਈ ਸੀ ਤਾਂ ਦੱਸਦੇ ਕਿ ਹੁਣ ਦੀਪਕ ਮੁੰਡੀ ਨੂੰ ਲੈ ਕੇ ਵੱਡੀ ਖਬਰ ਹੈ ਕਿ ਅੰਮ੍ਰਿਤਸਰ ਪੁਲਿਸ ਹੁਣ ਪੁੱਛਗਿੱਛ ਕਰੇਗੀ 5 ਦਿਨਾਂ ਦੇ ਰਿਮਾਂਡ ਤੇ ਆ ਦੀਪਕ ਮੁੰਡੀ ਤੇ ਨਾਲ ਕਪਿਲ ਪੰਡਤ ਤੇ ਰਣਜਿੰਦਰ ਜੋਕਰ ਪੰਜਾਬ ਪੁਲਿਸ ਲਗਾਤਾਰ ਪੰਜਾਬ ਦੇ ਵਿੱਚ ਜੋ-ਜੋ ਵੀ ਜਿਹੜਿਆ ਮੁਕੱਦਮਿਆਂ ਦੇ ਵਿੱਚ ਇਹਨਾਂ ਸ਼ੂਟਰਾਂ ਦਾ ਨਾਮ ਬੋਲਦਾ ਤਾਂ ਉਹਨਾਂ ਦੇ ਵਿੱਚ ਲਗਾਤਾਰ ਰਿਮਾਂਡ ਲੈ ਰਹੀ ਹੈ ਪਹਿਲਾਂ ਜੱਗੂ ਭਵਨਪੁਰੀਆ ਤੇ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਚੱਲ ਰਿਹਾ ਪੰਜਾਬ ਪੁਲਿਸ ਲਗਾਤਾਰ 2 ਮਹੀਨਿਆਂ ਤੋਂ ਦੋਨੇ ਵੱਡੇ ਗੈਂਗਸਟਰਾਂ ਨੂੰ ਜਿਹੜਾ ਰਿਮਾਂਡ ਤੇ ਲਿਆ ਕੇ ਰੱਖਿਆ ਹੋਇਆ ਤੇ ਹਰੇਕ ਮਾਮਲੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਜਿਹੜਾ ਵੀ ਮਾਮਲਾ ਉਹਨਾਂ ਦੇ ਨਾਂ ਬੋਲਦਾ ਉਸ ਦੇ ਵਿੱਚ ਰਿਮਾਂਡ ਲੈ ਕੇ ਪੁੱਛਗਿੱਛ ਕਰਦੀ ਹੈ ਜਦਾ ਦੱਸਦੀ ਕਿ ਹੁਣ ਦੀਪਕ ਮੁੰਡੀ ਆਖਰੀ ਰਾਜ ਕਿਉਂਕਿ ਗੋਲਡੀ ਬਰਾੜ ਦੇ ਨਾਲ ਕਿਹਾ ਜਾਂਦਾ ਹੈ ਕਿ ਜਦੋਂ ਦੀਪਕ ਮੁੰਡੀ ਇਕੱਲਾ ਰਹਿ ਜਾਂਦਾ ਪੰਜਾਬ ਪੁਲਿਸ ਗ੍ਰਿਫਤਾਰ ਕਰਦੀ ਹੈ ਪਹਿਲਾਂ ਦੋ ਸ਼ੂਟਰਾਂ ਦਾ ਇਨਕਾਊਂਟਰ ਹੋ ਜਾਂਦਾ ਪਰ ਦੀਪਕ ਮੁੰਡੀ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੁੰਦਾ ਤਾਂ ਉਹ ਜਿਹੜਾ ਬਖਵਾਸੀ ਉਹ ਸਾਰਾ ਗੋਲਡੀ ਬਰਾੜ ਦੇ ਨਾਂ ਇੰਟਚ ਰਿਹਾ ਤੇ ਨਾਲ ਗੋਲਡੀ ਬਰਾੜ ਇਸ ਦੇ ਰ ਕਰਦਾ ਸੀ ਜੋ ਤੱਕ ਇਹ ਫੜਿਆ ਨਹੀਂ ਗਿਆ ਤਾਂ ਹੁਣ ਦੀਪਕ ਮੁੰਡੀ ਪੰਜਾਬ ਪੁਲਿਸ ਦੀ ਪੁੱਛਗਿੱਛ ਤੇ ਦੌਰਾਨ ਜਿਹੜਾ ਹੋਣ ਵਾਲੇ ਵੱਡੇ ਖੁਲਾਸਿਆਂ ਦਾ ਇੰਤਜ਼ਾਰ ਰਹੇਗਾ ਦੇਖਣਾ ਹੋਊਗਾ ਕਿ ਹੁਣ ਕਿਹੜੇ ਵੱਡੇ ਖੁਲਾਸੇ ਦੀਪਕ ਮੁੰਡੀ ਦੇ ਵੱਲੋਂ ਕੀਤੇ ਜਾਂਦੇ ਕਿਉਂਕਿ ਦੀਪਕ ਮੁੰਡੀ ਤੇ ਨਾਲ ਕਾਪਿਲ ਪੰਡਿਤ ਤੇ ਨਾਲ ਈਰਜਿੰਦਰ ਜੋਕੜ ਦਾ ਰਿਮਾਂਡ ਹਸਲ ਹੋਇਆ ਅੰਮ੍ਰਿਤਸਰ ਕੋਰਟ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਤੇ 5 ਦਿਨਾਂ ਦਾ ਰਿਮਾਂਡ 5 ਦਿਨਾਂ ਦਾ ਰਿਮਾਂਡ ਅੰਮ੍ਰਿਤਸਰ ਪੁਲਿਸ ਨੂੰ ਦਿੱਤਾ ਗਿਆ ਤਾਂ ਹੁਣ ਦੇਖਣਾ ਹੋਊਗਾ ਕਿਹੜੇ ਵੱਡੇ ਖੁਲਾਸੇ ਇਨ੍ਹਾਂ ਤਿੰਨੇ ਗੈਂਗਸਟਰਾਂ ਦੇ ਵੱਲੋਂ ਕੀਤੇ ਜਾਂਦੇ ਕਿਉਂਕਿ ਪੰਜਾਬ ਪੁਲਿਸ ਨੂੰ ਲੋੜੀ ਦੇ ਸੀ ਇਹ ਤਿੰਨੇ ਗੈਂਗਸਟਰ ਦੱਸ ਦਈਏ ਕਿ ਜਦੋਂ ਸਿੱਧੂ ਮੂਸੇਵਾਲਾ ਹਤਿਆਕਾਂ ਹੁੰਦਾ ਤਾਂ ਤਿੰਨ ਸ਼ੂਟਰ ਪਹਿਲਾਂ ਹੀ ਫੜ ਲਏ ਜਾਂਦੇ ਆ ਦਿੱਲੀ ਦੇ ਸਪੈਸ਼ਲ ਸੈੱਲ ਨੇ ਜਿਹੜਾ ਕਾਰਵਾਈ ਕੀਤੀ ਸੀ ਉਸ ਤੋਂ ਬਾਅਦ ਟ੍ਰਾਂਸਫਰ ਰਿਮਾਰਡ ਤੇ ਪੰਜਾਬ ਪੁਲਿਸ ਲੈ ਕੇ ਆਉਂਦੀ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਤਿੰਨਾਂ ਦੇ ਵੱਲੋਂ ਕੀ ਕੀ ਖੁਲਾਸੇ ਹੁੰਦਿਆ ਰਾਣਾ ਕੰਧੋਵਾਲੀਆ ਕਤਲ ਕੇਸ ਦੇ ਵਿੱਚ ਕੀ ਕੀ ਸਵਾਲ ਪੁੱਛਿਆ ਜਾਂਦੇ ਆ ਪੰਜਾਬ ਪੁਲਿਸ ਦੇ ਵੱਲੋਂ ਤੇ ਕੀ ਕੀ ਇਨਵੋਲਵਮੈਂਟ ਇਹਨਾਂ ਦੀਆਂ ਸਾਹਮਣੇ ਆਉਂਦੀਆਂ ਹੋਰ ਅਪਡੇਟਸ ਲਈ ਜੁੜੇ ਰਹੋ ਪ੍ਰੋ ਪੰਜਾਬੀ ਟੀਵੀ ਨਾਲ